दोस्तों स्टूडियो में आप सबका स्वागत। मैं आपका अपना मनु तिवारी लेके हाजिर हूँ आपका अपना प्रोग्राम स्टार टॉक्स। दोस्तों आज जो मेरे स्टार हैं वो हैं साहिल जी, लेकिन वो लेके आ रहे हैं सुपर स्टार यहाँ पे, जी हाँ अंकित तिवारी। जी हाँ अंकित तिवारी आ रहे हैं आपके शहर में सिडनी में 30 जून को। आओ बातचीत करते हैं, जानते हैं शो में क्या क्या होने जा रहा है। साहिल जी स्टूडियो वाला बहुत बहुत स्वागत। थैंक यू जी। ਤੁਹਾਨੂੰ ਅਸੀਂ ਬਹੁਤ ਬਹੁਤ ਕੰਗਰੈਟਸ ਕਹਾਂਗੇ ਕਿਹੜਾ ਕਿ ਤੁਸੀਂ ਸੁਪਰ ਡੁਪਰ ਇਹ ਸ਼ੋਅ ਲੈ ਕੇ ਆ ਰਹੇ ਹੋ ਅੰਕਿਤ ਤਿਵਾਰੀ। ਇਸ ਟਾਈਮ ਰੋਮਾਂਸ ਦੀ ਦੁਨੀਆ ਦਾ ਰੋਮਾਂਟਿਕ ਗਾਣਿਆਂ ਦਾ ਹੀ ਇਜ਼ ਦ ਮੇਨ ਕਿੰਗ। ਯਹੀ ਇਜ਼ ਐਕਚੁਅਲੀ ਭਾਜੀ, ਦੇਰ ਇਜ਼ ਨੋ ਡਾਊਟ ਇਨ ਦੈਟ। ਜਿੱਦਾਂ ਕਿ ਤੁਸੀਂ ਉਹਦੇ ਗਾਣੇ ਸੁਣੇ ਹੀ ਹੈ ਕਾਫੀ ਜ਼ਿਆਦਾ, ਹੈ ਨਾ, ਤੋ ਉਸਕੇ ਗਾਣੇ ਜੈਸੇ ਆਸ਼ਕੀ 2 ਮੇਂ ਆਏ ਕਾਫੀ ਜ਼ਿਆਦਾ, ਨਾ ਤੋ ਹੈ ਕਿ ਤੇਰੀ ਗਲੀਆਂ, ਤੋ ਹੀ ਗੋਟ ਅ ਲੋਟ ਆਫ ਵੈਰੀ ਗੁੱਡ ਕੰਪੋਜ਼ਰ, ਵੈਰੀ ਗੁੱਡ ਸਿੰਗਰ ਐਂਡ ਲਿਰਿਕਸ, ਤੋ ਕਾਫੀ ਅੱਛੇ ਅੱਛੇ ਉਸਕੇ ਰੋਮਾਂਟਿਕ ਗਾਣੇ। ਇਸ ਟਾਈਮ ਬਾਲੀਵੁੱਡ ਦੀ ਕਹਿ ਸਕਦੇ ਹਾਂ ਕਿ ਕਾਫੀ ਜ਼ਿਆਦਾ ਉਹਨਾਂ ਦੀ ਫੈਵਰੇਟ ਆ। ਓਬਵੀਅਸਲੀ ਭਾਜੀ ਕਾਫੀ, ਯਾਨੀ ਕਿ ਜਿਹੜਾ ਆਪਾਂ ਕਹਿ ਦਈਏ ਹੋਟ ਆਰਟਿਸਟ ਬਾਲੀਵੁੱਡ ਦਾ, ਇੱਕ ਰੋਮਾਂਟਿਕ, ਜਿੱਦਾਂ ਹਰ ਤੁਹਾਨੂੰ ਪਤਾ ਵੀ ਹਰ ਟਾਈਮ ਕੁਛ ਨਾ ਕੁਛ ਰੋਮਾਂਟਿਕ ਆਰਟਿਸਟ ਹਮੇਸ਼ਾ ਰਹਿੰਦੇ। ਹੀ ਇਜ਼ ਵਨ ਆਫ ਦਾ ਕਿ ਰੋਮਾਂਟਿਕ ਆਰਟਿਸਟ, ਜੇ ਆਪਾਂ ਕਹਿ ਦਈਏ ਕਿਸੇ ਨੂੰ ਵੀ ਰੋਮਾਂਟਿਕ ਸਿੰਗਰ ਵੀ ਸੌਂਗਸ 'ਚ ਉਹ ਅੰਕਿਤ ਤਿਵਾਰੀ ਇਸ ਟਾਈਮ ਦੇ ਵਿੱਚ ਹੈਗਾ। ਤੁਸੀਂ ਸਿਡਨੀ ਦੇ ਵਿੱਚ, ਮੈਲਬੌਰਨ ਦੇ ਵਿੱਚ, ਹੋਰ ਕਿੱਥੇ ਕਿੱਥੇ ਤੁਸੀਂ ਸ਼ੋਅ ਲੈ ਕੇ ਆ ਰਹੇ ਹੋ? ਦੋ ਹੀ ਸ਼ੋਅ ਨੇ, ਸਿਡਨੀ ਐਂਡ ਮੈਲਬਨ। ਮੈਲਬਨ 29th of June ਅਤੇ ਸਿਡਨੀ ਹੈਗਾ 30th of June। 30th of June ਅਤੇ ਤੁਹਾਨੂੰ ਦੱਸ ਦਈਏ ਆ ਵੈਨਿਊ ਵੀ। ਵੈਨਿਊ ਭਾਅ ਜੀ ਵਿਟਲਮ ਸੈਂਟਰ ਲਿਵਰਪੂਲ। ਅਤੇ ਦੋਸਤੋ ਉੱਥੇ ਪਾਰਕਿੰਗ ਟੋਟਲ ਫਰੀ ਹੈ, ਟੋਟਲੀ ਭਾਅ ਜੀ ਪਾਰਕਿੰਗ ਦਾ, ਜਿੱਦਾਂ ਕਿ ਇਟਸ ਵੈਰੀ ਫਰੈਂਡਲੀ ਵੈਨਿਊ ਫੋਰ ਦਾ ਆਪਣੀ ਇੰਡੀਅਨ ਕਮਿਊਨਿਟੀ, ਫਿਜੀ ਕਮਿਊਨਿਟੀ, ਪਾਕਿਸਤਾਨੀ ਕਮਿਊਨਿਟੀ ਸਾਰਿਆਂ ਦੇ ਲਈ। ਅਤੇ ਸਾਰਿਆਂ ਨੂੰ ਪਤਾ ਹੀ ਹੈ ਵੀ ਨੀਅਰ ਬਾਏ, ਯਾਨੀ ਕਿ ਜੋ ਆਪਣੇ ਸਬਰਬਸ ਵੀ ਨੇ ਈਵਨ ਸਿਡਨੀ ਦੇ। ਲਿਵਰਪੂਲ ਇਜ਼ ਦਾ ਲਾਈਕ ਹਾਰਟ ਆਫ ਦਾ ਈਵੈਂਟਸ ਵਾਸਤੇ ਕਹਿ ਸਕਦੇ, ਵਿਟਲਮ ਸੈਂਟਰ ਵਨ ਆਫ ਦਾ ਬੈਸਟ ਵੈਨਿਊ ਜੋ ਹੈਗਾ ਆ ਇਸ ਟਾਈਮ ਤੱਕ। ਓਬਵੀਅਸਲੀ ਭਾਅ ਜੀ ਵੀ ਗੁੱਡ ਵੀ ਕਰਾਊਡ ਵੀ ਗੁੱਡ ਉੱਥੇ ਹਮੇਸ਼ਾ, ਵੀ ਯਾਨੀ ਕਿ ਫੈਸਿਲਿਟੀਜ਼ ਐਵਰੀਥਿੰਗ ਇਜ਼ ਫਾਈਨ ਓਵਰ ਦੇਅਰ। ਈਵਨ ਮੋਰ ਓਵਰ ਅਸੀਂ ਆਪਣੇ ਵੱਲੋਂ ਸਿਕਿਉਰਿਟੀ ਦਾ ਵੀ ਪੂਰਾ ਯਾਨੀ ਕਿ ਕਰ ਰਹੇ ਹਾਂ ਉੱਥੇ, ਹੈ ਨਾ, ਅਤੇ ਕਿਸੇ ਚੀਜ਼ ਦੇ ਵਿੱਚ ਕੋਈ ਯਾਨੀ ਕਿ ਕਮੀ ਨਹੀਂ ਹੋਏਗੀ। ਐਂਡ ਵਾਟ ਅਬਾਊਟ ਦਾ ਸਾਊਂਡ? ਸਾਊਂਡ ਭਾਅ ਜੀ ਹਰੇਕ ਦੇ ਯਾਨੀ ਕਿ ਵੀ ਜਿੱਦਾਂ ਤੁਹਾਨੂੰ ਪਤਾ ਅਬਦੁਲ ਇਜ਼ ਦਾ ਬੈਸਟ ਵੀ, ਮੇਰੇ ਖਿਆਲ ਨਾਲ ਕੱਲ੍ਹ ਦੇ ਅਸੀਂ ਨੀਅਰ ਅਬਾਊਟ, ਅੱਜ ਤੁਹਾਡੇ ਕੋਲ ਵੀ ਆਏ ਹਾਂ, 15-16 ਰਿਕਮੈਂਡੇਸ਼ਨ ਤੁਹਾਡੀ ਹੋਣੀ, 15ਵੀਂ 16ਵੀਂ ਤੁਸੀਂ ਯਾਨੀ ਕਿ ਬੰਦੇ ਹੋਣੇ ਆ ਜਿਹੜੇ, ਜਿਨ੍ਹਾਂ ਨੇ ਸਾਨੂੰ ਰਿਕਮੈਂਡ ਕੀਤਾ ਅਬਦੁਲ ਦੇ ਬਾਰੇ। ਅਤੇ ਦੇਰ ਇਜ਼ ਨੋ ਡਾਊਟ ਉਹਨਾਂ ਦੀ ਕੁਆਲਿਟੀ ਦੇ ਵਿੱਚ, ਸਾਊਂਡ ਦੀ ਕੁਆਲਿਟੀ ਦੇ ਵਿੱਚ। ਮੋਰ ਓਵਰ ਵੀ ਵਿਲ ਨੋਟ ਵੀ ਅਸੀਂ ਕੋਈ ਸਮਝੌਤਾ ਕਰਾਂਗੇ ਨਹੀਂ ਕਿਸੀ ਸਾਊਂਡ ਦੀ ਕੁਆਲਿਟੀ ਦੇ ਵਿੱਚ ਜਾਂ ਕਿਸੇ ਚੀਜ਼ ਦੇ ਵਿੱਚ। ਅਤੇ ਕਿੱਦਾਂ ਕਿ ਅੰਕਿਤ ਤਿਵਾਰੀ ਦੀ ਗੱਲ ਕਰੀਏ ਕਿ ਬਾਲੀਵੁੱਡ ਦੇ ਵਿੱਚ ਇਸ ਟਾਈਮ ਹੌਟ ਨੇ, ਉਹਨਾਂ ਦੇ ਸਾਰੇ ਰੋਮੈਂਟਿਕ ਗਾਣੇ ਆ ਰਹੇ ਨੇ, ਐਂਡ ਇੰਨਾ ਵਧੀਆ ਪ੍ਰੋਜੈਕਟ ਕਿਹੜਾ ਤੁਸੀਂ ਲੈ ਕੇ ਆਏ ਹੋ, ਤੁਹਾਨੂੰ ਕਿੱਦਾਂ ਲੱਗ ਰਿਹਾ ਕਿ ਤੁਸੀਂ ਜਦ ਇਸ ਪ੍ਰੋਜੈਕਟ ਦੇ ਉੱਤੇ ਹੱਥ ਪਾਇਆ ਕਿ ਯੈਸ ਵੀ ਆਰ ਡੂਇੰਗ ਟੂ ਡੂ ਦ ਅੰਕਿਤ, ਇਹ ਕਦ ਤੋਂ ਸਟਾਰਟ ਹੋਇਆ ਅਤੇ ਹੁਣ ਤੱਕ ਕੀ ਫੀਲਿੰਗ ਚੱਲੀ ਹੈ? ਭਾਅ ਜੀ ਸਾਡੀ ਟੀਮ ਜਿਹੜੀ ਯਾਨੀ ਕਿ ਚਾਰ ਜਣਾਂ ਦੀ ਮੇਨ, ਇਹਦੇ ਵਿੱਚ ਪਿੱਛੇ ਵਿਸ਼ਾਲ, ਸ਼ੰਮੀ, ਵਿਨੇ ਅਤੇ ਮੈਂ ਸਿਡਨੀ ਦੇ ਵਿੱਚ, ਹੈ ਨਾ ਜੀ। ਅਤੇ ਕਾਫੀ ਸਾਡਾ ਨੀਅਰ ਅਬਾਊਟ ਭਾਅ ਜੀ ਹੋ ਗਏ ਇਸ ਨੂੰ, 5-6 ਮਹੀਨੇ ਹੋ ਗਏ ਪਲੈਨ ਕਰਦੇ ਨੂੰ, ਹੈ ਨਾ। ਇਟਸ ਅ ਵੈਰੀ ਬਿਗ ਬੋਲੀਵੁੱਡ ਆਰਟਿਸਟ, ਹੈ ਨਾ, ਹਰੇਕ ਦਾ ਇਟਸ ਲਾਈਕ ਚਾਮ, ਯਾਨੀ ਕਿ ਵੀ ਕਹਿ ਲਈਏ ਵੀ ਇੱਕ ਚਾਮਿੰਗ ਸਟਾਰ ਹੈ ਇਸ ਟਾਈਮ ਦੇ ਵਿੱਚ, ਇਸ, ਹੈ ਨਾ, ਕਿਉਂਕਿ ਰੋਮੈਂਟਿਕ ਸੌਂਗਸ ਦੇ ਕਰਕੇ ਵੀ ਮੂਵੀਜ਼ ਉਹਦੀਆਂ ਜਿਹੜੀਆਂ ਆਸ਼ਕੀ 2 ਇਜ਼ ਲਾਈਕ ਬਿਗੈਸਟ ਬਲੋਕਬਾਸਟਰ, ਯਾਨੀ ਕਿ ਜਿਹੜੀ ਆਪਾਂ, ਹੈ ਨਾ। ਅਤੇ ਹੋਰ ਵੀ ਉਸਦੇ ਕਾਫੀ ਅੱਛੇ ਅੱਛੇ ਗਾਣੇ ਗਲੀਆਂ ਦੇ ਵਿੱਚ, ਜਿੱਦਾਂ ਤੇਰੀ ਗਲੀਆਂ, ਫਿਰ ਪੀਕੇ ਦੇ ਵਿੱਚ ਦਿਲ ਚੀਜ਼, ਯਾਨੀ ਕਿ ਕਾਫੀ ਅੱਛੇ ਅੱਛੇ ਸੌਂਗਸ, ਯਾਨੀ ਕਿ ਜਿਹੜੇ ਆਪਾਂ ਕਹਿ ਦਈਏ ਵੀ ਅੱਜ ਜੇ ਆਪਾਂ ਕਿਸੇ ਨੂੰ ਕਹੀਦਾ ਨਾ ਵੀ ਅੰਕਿਤ ਤਿਵਾਰੀ, ਅਗਲਾ ਕਹਿੰਦਾ ਓਲਾ ਸੌਂਗ, ਯਾਨੀ ਕਿ ਵੀ ਸਾਰਿਆਂ ਨੂੰ ਪਤਾ ਤਕਰੀਬਨ, ਹੈ ਨਾ, ਵੀ ਮਾਈਟ ਬੀ ਫੇਸ ਵੈਲਿਊ ਜਿਹੜੀ ਉਹਦੀ ਉਹ ਥੋੜ੍ਹੀ ਜਿਹੀ ਘੱਟ ਗਈ, ਬਟ ਸੌਂਗ ਜੇ ਆਪਾਂ ਕਹੀਏ ਤੁਸੀਂ ਕਦੇ ਵੀ ਸਰਚ ਮਾਰ ਕੇ ਦੇਖੋ ਯੂਟਿਊਬ 'ਤੇ, ਯੂ ਵਿਲ ਸੇ ਵੀ ਹਾਂ ਯਾਰ ਇਹ ਤਾਂ ਇਹ ਵੀ ਸੁਣਿਆ ਹੋਇਆ, ਇਹ ਵੀ ਸੁਣਿਆ ਹੋਇਆ, ਉਹ ਵੀ ਸੁਣਿਆ ਹੋਇਆ, ਵੀ ਤਾਂ ਆਪਾਂ ਸਾਰੇ ਗਾਣੇ, ਮੇਰਾ ਕਿਹਾ ਸਾਰਿਆਂ ਦੀ ਕਾਰਾਂ ਦੇ ਵਿੱਚ ਉਹ ਗਾਣੇ ਲੱਗੇ ਹੀ ਰਹਿੰਦੇ ਨੇ। ਓਬਵੀਅਸਲੀ ਭਾਅ ਜੀ ਉਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ, ਉਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ ਹਰੇਕ ਦੀ ਕਾਰ ਦੇ, ਜਿਹੜੇ ਬੋਲੀਵੁੱਡ ਯਾਨੀ ਕਿ ਬੋਲੀਵੁੱਡ ਫੋਲੋ ਕਰਦੇ ਨੇ ਨਾ, ਦੇ ਮਸਟ ਨੋ ਅਬਾਊਟ ਅੰਕਿਤ ਤਿਵਾਰੀ ਡੈਫੀਨੇਟਲੀ। ਅਤੇ ਦੋਸਤੋ ਡੇਟ ਯਾਦ ਰੱਖਣਾ, 30 ਜੂਨ, 30th of June, 30th of June ਨੂੰ ਇਹ ਈਵੈਂਟ ਹੋਣ ਜਾ ਰਿਹਾ ਵਿਟਲਮ ਸੈਂਟਰ ਦੇ ਵਿੱਚ। ਬਾਈ ਯੋਰ ਟਿਕਟਸ ਨਾਓ, ਬੁੱਕ ਯੋਰ ਟਿਕਟਸ ਨਾਓ ਬਿਫੋਰ ਇਟ ਇਜ਼ ਗੋਇੰਗ ਟੂ ਬੀ ਸੋਲਡ ਆਊਟ। ਟਿਕਟਸ ਆਰ ਔਨ ਡਰਾਈ ਟਿਕਟਸ, ਸਾਰੀਆਂ ਟਿਕਟਸ ਔਨਲਾਈਨ, ਆਲ ਦਾ ਟਿਕਟਸ ਆਰ ਔਨਲਾਈਨ, ਐਂਡ ਟਿਕਟ ਪ੍ਰਾਈਜ਼ ਆਰ ਵੈਰੀ ਜੈਨੂਇਨ ਐਸ ਵੈਲ, ਲਾਈਕ ਦੇ ਸਟਾਰਟ ਫਰਮ 35 ਟੋਲ, ਓਕੇ, ਦੇ ਵੈਰੀ ਜੈਨੂਇਨ ਪ੍ਰਾਈਜ਼ ਲਾਈਕ, ਐਂਡ ਗੋਜ਼ ਅਪ ਟੂ ਦ 125 ਵਿਚ ਇਜ਼ VVIP, ਐਂਡ you will enjoy, we will see you there definitely. dosto tusi raj and amit tu bhi call kar sakde ho dry tickets te, hotline number unna ditta hai jitna piche screen de utte ji, raj te amit da
ਨਾਲ ਤੁਸੀਂ ਜਦ ਮਰਜ਼ੀ ਔਨਲਾਈਨ ਟਿਕਟਸ ਬਾਏ ਕਰੋ ਚਾਹੇ ਹੋਟਲਾਈਨ ਨੰਬਰ ਦੇ ਉੱਤੇ ਕਾਲ ਕਰੋ ਉਹਨਾਂ ਨੂੰ ਦੇ ਆਰ ਆਲਵੇਜ਼ ਦੇਅਰ ਫੋਰ ਯੂਰ ਹੈਲਪ ਐਸ ਵੈਲ ਅਤੇ ਅਸੀਂ ਤੁਹਾਨੂੰ ਬਹੁਤ ਬਹੁਤ ਵਿਸ਼ਿਸ ਦਿੰਦੇ ਹਾਂ ਇਟ ਇਜ਼ ਗੋਇੰਗ ਟੂ ਬੀ ਅ ਵੈਰੀ ਸਕਸੈਸਫੁਲ ਸ਼ੋ ਅਤੇ ਦੋਸਤੋ 30 June ਨੂੰ ਡੇਟ ਨੋਟ ਕਰ ਲਓ ਆਪਣੀ ਡਾਇਰੀ ਦੇ ਵਿੱਚ 30 June ਨੂੰ ਸ਼ਾਮ ਨੂੰ ਆਪਾਂ ਸਾਰੇ ਮਿਲਦੇ ਹਾਂ ਵਿਟਲਮ ਸੈਂਟਰ ਦੇ ਵਿੱਚ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ